ਨੂੰ ਮੈਂ ਬੀਬਾ ਕੁਲਵਿੰਦਰ ਕੌਰ ਪਿੰਡ ਬੀਦੋਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਮੇਟੀ ਮੈਂਬਰ ਜੀ ਆਹ ਦੇਖੋ ਜੀ ਭਗਵੰਤ ਮਾਨ ਦੀ ਨਿਕੰਮੀ ਸਰਕਾਰ ਗਰੀਬਾਂ ਨੂੰ ਦੇਖੋ ਜੀ ਕਿੰਨਾ ਕਿੰਨਾ ਮਿਲ ਭੇਜ ਰਹੇ ਆ ਗਰੀਬਾਂ ਨੇ ਦਿਹਾੜੀਆਂ ਕਰਕੇ ਕਿੱਥੋਂ ਬਿੱਲ ਭਰਨੇ ਆ ਜੀ ਸਾਡੇ ਗਰੀਬਾਂ ਦੇ ਘਰਾਂ ਦੇ ਵਿੱਚ ਦੇਖੋ ਕਿੱਥੋਂ ਕੂਲਰ ਲੱਗੇ ਹੋਏ ਆ ਜੀ ਗਰੀਬਾਂ ਦੇ ਘਰਾਂ ਦੇ ਵਿੱਚ ਪੱਖੇ ਚੱਲਦੇ ਆ ਜੀ 10-10 ਹਜ਼ਾਰ ਗਰੀਬ ਲੋਕ ਬਿੱਲ ਅਸੀਂ ਕਿੱਥੋਂ ਦੇ ਦੇਵਾਂਗੇ ਸਾਡੀ ਬੇਨਤੀ ਹੈ ਜੀ ਸਾਡੇ ਬਿੱਲਾਂ ਨੂੰ ਮਾਫ਼ ਕੀਤਾ ਜਾਵੇ ਇਸ ਨਿਕੰਮੀ ਸਰਕਾਰ ਨੂੰ ਇਸ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਜੀ ਨਿਕੰਮੀ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਜੀ ਸੁਖਵੀਰ ਸਿੰਘ ਨੇ ਜੋ ਕਿਹਾ ਉਹ ਕੀਤਾ ਜੀ ਨਿਕੰਮੀ ਸਰਕਾਰ ਭਗਵੰਤ ਮਾਨ ਦੀ ਨੇ ਗਰੀਬਾਂ ਲੋਕਾਂ ਨੂੰ ਮਾਂਝ ਕੇ ਰੱਖਤਾ ਜੀ ਇਹਨਾਂ ਨੇ ਗਰੀਬ ਲੋਕਾਂ ਨੂੰ ਵਾਅਦਾ ਕੀਤਾ ਸੀ ਵੀ 600 ਯੂਨਟਾਂ ਦੇਵਾਂਗੇ ਦਿੱਤੀਆਂ ਇਹਨਾਂ ਨੇ ਦੇਖੋ ਜੀ 600 ਯੂਨਟ ਹੀ ਹੈ ਜੀ ਆ ਜਿਹੜੀ ਮਾਫੀ ਚਾਹੀ ਹੈ 600 ਯੂਨਟਾਂ ਦੇਖੋ ਜੀ 10-10 ਹਜ਼ਾਰ ਬਿੱਲ ਆ ਸਾਨੂੰ 10-10 ਹਜ਼ਾਰ 14-14 ਹਜ਼ਾਰ ਜੀ ਗਰੀਬਾਂ ਨੂੰ ਬਿੱਲ ਦੇ 25 ਤੋਂ ਜ਼ਿਆਦਾ ਹੈ ਇਹ ਸਾਤਾ ਬਿੱਲ ਆ ਆ ਦੇਖੋ ਜੀ 600 ਏਜੰਟ ਮਾਫਾ ਦੇਖ ਲਓ ਤੁਸੀਂ ਆਪ ਦੇ ਸਾਡੇ 25 ਹਜ਼ਾਰ ਦਿੰਦੇ ਆ ਆ ਬੀਬੀਆਂ ਦੀ ਬੇਨਤੀ ਸੁਣੋ ਜੀ ਬਿੱਲਾਂ ਦੀ ਮਾਫੀ ਹੋਣੀ ਚਾਹੀਦੀ ਹੈ ਜੀ ਇਹ ਨਿਕੰਮੀ ਸਰਕਾਰ ਨੂੰ ਜਿਵੇਂ ਝਾੜੂ ਨਾਲ ਕਹਿੰਦੇ ਸੀ ਬਦਲਾਅ ਲੈ ਕੇ ਆਉਣਗੇ ਦੇਖੋ ਜੀ ਬਦਲਾਅ ਦੇਖੋ ਪੰਜਾਬ 'ਚ ਕੀ ਬਦਲਾਅ ਲੈ ਕੇ ਬੱਚਿਆਂ ਨੂੰ ਘਰ ਘਰ ਚਿੱਟਾ ਵਾੜਤਾ ਪੰਜਾਬ ਦੇ ਵਿੱਚ ਫੁੱਲ ਤੋਂ ਫੁੱਲ ਨਸ਼ੇ ਵਾੜਤੇ ਜੀ ਗਰੀਬ ਲੋਕ ਅਸੀਂ ਇੰਨਾ ਨਹੀਂ ਕਰ ਸਕਦੇ ਸਾਨੂੰ ਇਹ ਸਰਕਾਰ ਤੋਂ ਛੁਟਕਾਰਾ ਕਰਾਇਆ ਜਾਵੇ ਜੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਭਗਵੰਤ ਮਾਨ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਇਹਨਾਂ ਨੇ ਆਟੇ ਦਾਲ ਦੇ ਨਾਲ ਸਾਨੂੰ ਆਖਿਆ ਸੀ ਵੀ ਚਾਹ ਪੱਤੀ ਖੰਡ ਦੇਵਾਂਗੇ ਮਿਲੀ ਕਿਸੇ ਨੂੰ भगवंत मान की बनी है कि जन्मदिन के केक कटी जाते जी कि आप शॉपिंग करते फिर आप इंजॉय करते।